चार घंटे दे विच फुल हो जाती है, 50 तो 60 किलोमीटर चलती है, 5 क्वांटल वजन खिंचदी है, वड्डी गल आ गई। बैटरी स्पीड आ गया किलोमीटर आ गई, 10 किलोमीटर चलती आ, ठीक है इहदे आ अपना स्पीड आ गई, ठीक सिर्फ खिंच के आ, ठीक है इहनूं खिंचदा बैक है, ठीक है इहनूं दबदा दा फॉरवर्ड आ। ਇਹ ਤਾਂ ਬੜਾ ਸੌਖਾ ਜਿਹਾ ਕਰਦਾ ਪਹਿਲਾਂ ਨਾਲੋਂ। ਮਨਪ੍ਰੀਤ ਨੂੰ ਜਦੋਂ ਤੂੰ ਆਰਡਰ ਦੇਤਾ, ਹਾਂਜੀ ਵੀਰੇ, ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਤੈਨੂੰ ਤੇਰਾ ਆਰਡਰ ਆ ਜਿਹੜਾ ਟਾਈਮ ਦੇ ਉੱਤੇ ਮਿਲਿਆ। ਮਿੰਨੀ ਜੀਪਾਂ ਬਾਈ ਨੇ ਤਿਆਰ ਕੀਤੀਆਂ ਤੇ ਪਹਿਲਾਂ ਇੱਕ ਕੀਤੀ ਸੀ ਤੇ ਉਹਦੇ ਇਲਾਵਾ ਸੀ ਗੇਅਰ, ਜਿਵੇਂ ਕਹਦੀ ਅੱਗੇ ਨੂੰ ਵੀ ਫਾਰਵਰਡ ਜਾਂਦੀ ਸੀ ਤੇ ਗੇਅਰ ਤੋਂ ਬਦਲ ਕੇ ਬੈਕ ਵੀ ਜਾਂਦੀ ਸੀ, ਤੇ ਇਹ ਕਰਤੀਆਂ ਵੀਰ ਨੇ ਜਮੇ ਹੀ ਆਟੋਮੈਟਿਕ। ਜਸਕਰਨ ਸਿੰਘ, ਤੇ ਮਨਪ੍ਰੀਤ ਨਾਲ ਕੋਈ ਸ਼ਿਕਾਇਤ ਵੀ ਜੀਪ ਤਿਆਰ ਵਧੀਆ ਕਰਤੀ, ਪਸੰਦ ਆ ਗਈ ਪੂਰੀ? ਖੜੇ ਕਿੱਥੇ ਪਹੁੰਚਿਆ ਰਾਜਪੁਰੇ ਦੇ ਵਿੱਚ, ਡੀ ਐਸ ਪੀ ਮੋਡੀਫਿਕੇਸ਼ਨ ਵਾਲੇ ਵੀਰ ਕੌਰ, ਜਿਹੜਾ ਕਿ ਜਿਵੇਂ ਕਹਿ ਦਈਏ ਮੋਡੀਫਿਕੇਸ਼ਨ ਵਾਲਾ ਇੱਕ ਤਰ੍ਹਾਂ ਦਾ ਹਸਪਤਾਲ ਆ ਤੇ ਚੀਜ਼ ਦੀ ਇਹ ਹਿਸਾਬ ਨਾਲ ਨਕਸ਼ਾ ਬਦਲਦਾ ਤੇ ਓਨਰ ਨੂੰ ਵੀ ਪਛਾਣ ਨਹੀਂ ਆਉਂਦੀ ਵੀ ਮੇਰੀ ਚੀਜ਼ ਹੀ ਹੈ। ਤੇ ਸਾਰੀ ਗੱਲਬਾਤ ਬਾਈ ਮਨਪ੍ਰੀਤ ਨਾਲ ਕਰਾਵਾਂਗੇ ਤੇ ਅੱਜ ਦੀ ਵੀਡੀਓ ਲੈ ਕੇ ਆਇਆ ਮਿੱਤਰੋ। ਦੋ ਮਿੰਨੀ ਜੀਪਾਂ ਬਾਈ ਨੇ ਤਿਆਰ ਕੀਤੀਆਂ ਤੇ ਪਹਿਲਾਂ ਇੱਕ ਕੀਤੀ ਸੀ ਤੇ ਉਹਦੇ ਇਲਾਵਾ ਸੀ ਗੇਅਰ, ਜਿਵੇਂ ਕਹਦੀ ਅੱਗੇ ਨੂੰ ਵੀ ਫਾਰਵਰਡ ਜਾਂਦੀ ਸੀ ਤੇ ਗੇਅਰ ਤੋਂ ਬਦਲ ਕੇ ਬੈਕ ਵੀ ਜਾਂਦੀ ਸੀ, ਤੇ ਇਹ ਕਰਤੀਆਂ ਵੀਰ ਨੇ ਜਮੇ ਹੀ ਆਟੋਮੈਟਿਕ। ਜਿਵੇਂ ਹੁਣ ਅੱਜ ਕੱਲ੍ਹ ਕੰਪਨੀਆਂ ਜਿਵੇਂ ਕਹਦੀ ਇਲੈਕਟ੍ਰਿਕ ਕਾਰਾਂ ਆਉਂਦੀਆਂ ਹਨਾ ਰੇਤ ਜੀ ਤੇ ਕੰਮ ਉਹੀ ਕਰਤਾ ਬਾਈ ਨੇ, ਤੇ ਸਾਰੀ ਗੱਲਬਾਤ ਬਾਈ ਨਾਲ ਕਰਵਾਵਾਂਗੇ। ਹੋਰ ਮਨਪ੍ਰੀਤ ਠੀਕ ਆ? ਵਧੀਆ ਜੀ ਵਧੀਆ, ਤੁਸੀਂ ਸੁਣਾਓ ਕਿ? ਠੀਕ ਹੈ। ਤੇ ਹਲੇ ਤੱਕ ਮਨਪ੍ਰੀਤ ਦੀ ਇੱਕ ਸਿਫਤ ਆ ਵੀ ਜਿੰਨੇ ਕੁ ਕੰਮ ਕਰਦਾ ਤੇ ਲੋਕਾਂ ਤੋਂ ਤੁਹਾਡੀ ਕਰਦਾ ਕਿ ਨਹੀਂ? ਤੇ ਮਨਪ੍ਰੀਤ ਤੇ ਇਹਨਾਂ ਦੇ ਹੁਣ ਆਪਾਂ ਇਹ ਦੱਸ ਕਿਹੜੀ ਤੋਂ ਸ਼ੁਰੂ ਕਰੀਏ? ਇੱਕ ਤਾਂ ਡਿਜ਼ਾਇਨ ਵੀ ਦੋ ਬਣਾ ਤੇ, ਜਿਵੇਂ ਕਹਦੀ ਜਿਵੇਂ ਵਾਲਾ ਥਾਰ ਇੱਕ ਬੰਦਾ ਤਾਂ ਰੱਖਦਾ ਵੀ ਪਰਿਵਾਰਕ ਆ, ਉਹਦੇ ਕੋਈ ਮੋਡੀਫਿਕੇਸ਼ਨ ਨਹੀਂ ਕਰਦਾ, ਸਿੰਪਲ ਟਾਇਰ ਪਾ ਕੇ ਨੋਰਮਲ ਚਲਾਉਂਦਾ, ਤੇ ਇੱਕ ਹੁੰਦੇ ਆ ਜਿਹੜੀ ਆਪਣੀ ਜਨਰੇਸ਼ਨ ਵਾਲੇ ਕਹਿੰਦੇ ਵੀ ਐਮ ਟੀ ਟਾਇਰ ਪਾ ਕੇ ਆਫ ਰੋਡ ਦਾ ਸਵਾਦ ਲੈਣਾ, ਤੇ ਉਹ ਵੀ ਦੇ ਨਾਲ ਹੀ ਤਿਆਰ। ਦੋਨੋਂ ਆਪਸ਼ਨ ਆ ਗਈਆਂ, ਜਿਹੜੀ ਚੀਜ਼ ਪਸੰਦ ਆ ਉਸ ਹਿਸਾਬ ਨਾਲ। ਇਹ ਹੁਣ ਇੱਕ ਤਾਂ ਹੋ ਗਈ ਲੋ ਰਾਈਡਰ, ਹਾਂ ਇੱਕ ਲੋ ਰਾਈਡਰ ਆ ਗਈ, ਇੱਕ ਆਫ ਰੋਡ ਆ ਗਈ, ਇੱਕ ਆਫ ਰੋਡ ਆ ਗਈ ਮਿੱਤਰੋ। ਤੇ ਸਭ ਤੋਂ ਪਹਿਲਾਂ ਇਧਰਲੇ ਪਾਸੇ ਲੱਗ ਜਾਂਦੇ ਆ, ਤੇ ਇਹ ਜੀ ਜੀ ਪਹਿਲਾਂ ਬਾਈ ਨੇ ਤਿਆਰ ਵੀ ਕਰੀ ਸੀ, ਤੇ ਇਹਦੇ ਵਿੱਚ ਪਹਿਲਾਂ ਵਾਲੀ ਨਾਲੋਂ ਕੀ ਕੀ ਸੋਧਾਂ ਕਰਤੀਆਂ ਸਭ ਤੋਂ ਪਹਿਲਾਂ? ਇਹਦੇ 'ਚ ਇੱਕ ਤਾਂ ਜਿਹੜਾ ਸੀਗਾ ਮਾੜਾ ਮੋਟਾ, ਉਹਦੇ 'ਚ ਕੋਈ ਵਾਈਬ੍ਰੇਸ਼ਨ ਦੀ ਥੋੜੀ ਪ੍ਰੋਬਲਮਸ ਆ ਗਈਆਂ ਸੀਗੀਆਂ, ਹਾਂਜੀ ਉਹ ਸੋਰਟ ਆਊਟ ਹੋ ਗਈਆਂ ਨੇ। ਤੇ ਨੰਬਰ ਦੋ ਗੱਲ, ਇੱਕ ਜਿਹੜਾ ਉਹ ਇੰਜਣ 'ਤੇ ਸੀਗੀ, ਹਾਂਜੀ ਇੰਜਣ 'ਤੇ, ਫਿਰ ਬਹੁਤ ਜ਼ਿਆਦਾ ਆਰ ਪੀ ਐਮ ਤੇ ਜਵਾਕਾਂ ਨੂੰ ਖਤਰਾ, ਹਾਂਜੀ ਆਮ ਤੌਰ 'ਤੇ ਆਪਾਂ ਨੂੰ ਵੀ ਬਹੁਤ ਜ਼ਿਆਦਾ ਖਤਰਾ, ਕਿਉਂਕਿ ਇੱਕੋ ਦਮ ਰੇਸ ਫੜ ਲੈਂਦੀ ਸੀ, ਪਿਕਅਪ ਸੀਗੀ ਉਹਦੀ ਬਿਲਕੁਲ, ਤੇ ਹੁਣ ਫਿਰ ਉਹ ਲੀਗਲ ਵੀ ਨਹੀਂ ਸੀਗੀਆਂ, ਠੀਕ ਹੈ ਉਹ ਫਿਰ ਕਿਸੇ ਮਤਲਬ ਇੱਕੋ ਹੀ ਬਣਾਈ ਹੈ। ਉਸ ਤੋਂ ਬਾਅਦ ਤਾਂ ਫਿਰ ਜਦੋਂ ਆਪਾਂ ਨੇ ਚਲਾਈ ਕੋਈ ਮਾੜਾ ਮੋਟਾ ਰਿਸਕ ਜਿਹਾ ਲੱਗ ਰਿਹਾ ਸੀਗਾ, ਜਵਾਕਾਂ ਦੇ ਖੇਡਣ ਵਾਲੀ ਚੀਜ਼ ਹੈ ਹੀ ਨਹੀਂ ਸੀ ਉਹ, ਠੀਕ ਹੈ ਫਿਰ ਆਪਾਂ ਉਹਨੂੰ ਕਨਵਰਟ ਕਰਤਾ ਇਲੈਕਟ੍ਰੀਕਲ 'ਚ। ਅਤੇ ਹੁਣ ਜੇ ਆਪਾਂ ਇਹ ਕਹੀਏ ਵੀ ਇਹਦੇ 'ਚੋਂ ਇੰਜਣ ਤਾਂ ਕਰਤਾ ਗੈਪ, ਆਪਾਂ ਗੈਪ ਹੋ ਗਿਆ, ਅਤੇ ਹੁਣ ਪੂਰੀ ਦੀ ਪੂਰੀ ਇਲੈਕਟ੍ਰਿਕ ਕਰ ਇਲੈਕਟ੍ਰੀਕਲ ਹੋ ਗਈ, ਹਾਂਜੀ 48 ਜੇ ਹੋ ਗਈ, 1000 ਦੀ ਮੋਟਰ ਹੋ ਗਈ, ਤੇ ਲੀਥੀਅਮ ਬੈਟਰੀ ਤੇ ਆ ਗਈ। ਲੀਥੀਅਮ ਬੈਟਰੀ ਆ ਤੇ ਇਹਦੀ ਟੌਪ ਸਪੀਡ ਕਿੰਨੀ ਆ? ਟੌਪ ਸਪੀਡ ਹੈਗੀ ਹੈ ਜੀ 40 40 35 ਤੋਂ 40 40 ਦੀ ਟੌਪ ਸਪੀਡ ਆ, ਮੀਟਰ ਦਿਖਾਉਂਦਾ ਇੰਨੀ ਹੈ ਨਹੀਂ, ਠੀਕ ਹੈ ਲਾ ਕੇ ਚੱਲੋ 30-32 ਦੇ ਨੇੜੇ ਤੇੜੇ ਰਹਿੰਦੇ, ਠੀਕ ਹੈ 30-32 ਦੇ ਨੇੜੇ ਤੇੜੇ ਰਹਿੰਦੀ ਆ। ਤੇ ਵਜਨ ਦੀ ਗੱਲ ਕਰੀਏ ਕਿੰਨਾ? ਵਜਨ ਲਾ ਕੇ ਚੱਲੇ 5 ਕੁਇੰਟਲ ਆਰਾਮ ਨਾਲ ਕੈਰੀ ਕਰ ਲੂੰਗੀ। 5 ਕੁਇੰਟਲ ਮਤਲਬ ਬੰਦੇ ਦੋ ਬਹਿ ਕੇ ਵਧੀਆ, ਬਹੁਤ ਜ਼ਿਆਦਾ ਐਂ ਲੱਗਦਾ ਜਿਵੇਂ ਨਾ ਵੀ ਆਪਾਂ ਰੇਸ ਦੇਤੀ ਨਾ ਵੀ ਲੈ ਵੀ 150 ਤੇ ਤਾਂ ਜਾਊ, ਠੀਕ ਹੈ। ਤੇ ਬੈਟਰੀ ਦਾ ਜੇ ਆਪਾਂ ਗੱਲ ਕਰੀਏ ਕਿੰਨੇ ਕੁ ਟਾਈਮ ਦੇ ਵਿੱਚ ਜਿਹੜੀ ਚਾਰਜ ਹੋ ਜਾਂਦੀ ਹੈ? ਚਾਰਜ ਇਹ ਹੋ ਜਾਂਦੀ ਹੈ ਜੀ ਨੀਅਰ ਅਬਾਊਟ ਲਾ ਕੇ ਚੱਲੋ 3-4 ਘੰਟੇ, ਠੀਕ ਹੈ 3-4 ਘੰਟੇ ਦੇ ਵਿੱਚ ਆਰਾਮ ਨਾਲ। ਤੇ ਕਿੰਨੇ ਕਿਲੋਮੀਟਰ ਕੱਢ ਦਿੰਦੀ ਹੈ? ਕਿਲੋਮੀਟਰ 50-60, ਠੀਕ ਹੈ 50-60 ਕਿਲੋਮੀਟਰ ਚੱਲਦੀ ਹੈ, ਇਹ ਵੱਡਾ ਰੌਲਾ ਰਹਿੰਦਾ ਕਿਉਂਕਿ ਟਾਇਰ ਕਹਿੰਦੇ 4 ਲੱਗ ਗਏ, ਅਗਲਾ ਜੋ ਕਰਦਾ ਸਕੂਟਰੀ ਨਾਲ ਕੰਪੇਅਰ ਤੇ ਚੱਲਦੀ ਉਹਨੂੰ ਹੀ ਆ। ਹੁਣ ਜੇ ਆਪਾਂ ਗੱਲ ਕਰੀਏ, ਹਾਂ ਇੱਕ ਗੱਲ ਹੋਰ ਵੀ ਹੈ ਨਾ, ਹਾਂਜੀ ਹੁਣ ਜੇ ਆਪਾਂ ਕੰਪੇਅਰ ਕਰਨ ਲੱਗ ਜਾਈਏ ਤਾਂ ਫਿਰ ਪਲੈਟੀਨਾ ਨੂੰ ਹਾਰਲੇ ਨਾਲ ਕਰ ਲਓ, ਠੀਕ ਹੈ। ਤੇ ਇਹਦੇ ਵਿੱਚ ਹੁਣ ਜੀ ਗੱਲ ਕਰੀਏ ਤੇ ਹਿੱਸਾ ਵੀ ਫਿਰ ਦੂਜੇ ਹੀ ਕਰਤਾ ਹੈ, ਇਹ ਓਰੀਜਨਲ ਜਿਵੇਂ ਜੀਪ ਓਰੀਜਨਲ ਹੈਗੀ ਜਿਵੇਂ ਬਲੈਰੋਆਂ ਦੇ ਆਉਂਦੇ ਹੁੰਦਾ, ਹਾਂ ਉਵੇਂ ਹੀ ਉਦਾਂ ਹੀ ਉਹਦਾ ਆਪਣਾ ਨੀਚੇ ਟਿਊਬ ਹੋ ਗਈਆਂ, ਠੀਕ ਹੈ ਪਿੱਛੇ ਡਿਫਰੈਂਸ਼ੀਅਲ ਹੋ ਗਿਆ ਇਹਦਾ, ਜਿਹੜਾ ਆਪਣਾ ਪਿੱਛੇ ਰੀਅਰ ਵੀ ਡਰਾਈਵ ਹੈ ਇਹ, ਠੀਕ ਹੈ ਤੇ ਆਪਣਾ ਜੇ ਕਮਾਣੀਆਂ ਵੀ ਲੱਗ ਗਈਆਂ, ਜਿਵੇਂ ਆਪਾਂ ਜੇ ਕਮਾਣੀਆਂ ਨਹੀਂ ਨਾ ਲਾਉਂਦੇ ਜਿਵੇਂ ਕੋਈ ਨਚਾਈ ਆ ਜਾਂ ਰੈਂਪ ਆ ਗਿਆ ਜਾਂ ਘਰ ਦਾ ਕੋਈ ਉਹ ਆ ਗਿਆ, ਥੋੜ੍ਹਾ ਜਿਹਾ ਟੇਢਾ ਕਰਦੇ ਨਾ ਟਾਇਰ ਉੱਪਰ ਰਹਿ ਜਾਂਦਾ, ਹਿੱਲਦੀ ਨਹੀਂ ਗੱਡੀ ਨਾ ਅੱਗੇ ਜਾਵੇ ਨਾ ਪਿੱਛੇ, ਠੀਕ ਹੈ ਇਹਦੇ 'ਚ ਪੂਰਾ ਫਲੈਕਸੀਬਲ ਆ, ਜਿੱਥੇ ਮਰਜ਼ੀ ਵਿੱਚ ਖੜਾ ਕੇ ਰੇਸ ਦੇ ਲਓ ਇਹਨੇ ਤਰਨਾ ਵੀ, ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਵੱਡੀ ਜੀਪ ਆ ਉਹਦਾ ਸਾਇਜ਼ ਛੋਟਾ ਕਰਤਾ, ਛੋਟਾ ਕਰਤਾ, ਠੀਕ ਹੈ। ਤੇ ਹੁਣ ਜੇ ਇੱਧਰ ਨੂੰ ਆ ਜਾਈਏ ਆਪਾਂ
ਤੇ ਬੈਗ ਬੂਗ ਦਾ ਫਿਰ ਇਹਦੇ ਚ ਕੀ ਸਿਸਟਮ ਲਾਤਾ? ਜਿਵੇਂ ਪਹਿਲਾਂ ਨਹੀਂ ਦਿੱਤਾ ਆਪਾਂ ਦੇਖਿਆ ਵੀ ਇੱਥੇ ਗੇਅਰ ਲੱਗਿਆ ਵਾ ਸੀ ਤੇ ਬੈਗ ਪਾਉਂਦਾ ਸੀ ਬੈਗ ਨੂੰ, ਇਹ ਜਿਹੜਾ ਇਹਦਾ ਆਪਣਾ ਕਨੈਕਟਰ ਲਾ ਲਓ ਜਾਂ ਏਸੀ ਮੂਸੀਮ ਕਹਿ ਦਿੰਦੇ ਜਿਸ ਤਰ੍ਹਾਂ ਆਪਾਂ ਨਾ, ਹਾਂਜੀ ਉਹ ਉਹਦੇ ਚ ਆਪਰੇਟਿੰਗ ਆ ਸਾਰੀ, ਠੀਕ ਹੈ। ਬੈਗ ਗੇਅਰ ਇਹਦਾ ਸਿਰਫ ਖਿੱਚ ਕੇ ਆ, ਠੀਕ ਹੈ, ਇਹਨੂੰ ਖਿੱਚਦਾ ਬੈਕ ਹੈ, ਠੀਕ ਹੈ, ਦੱਬਦਾ ਦਾ ਫਾਰਵਰਡ ਆ, ਇਹ ਤਾਂ ਬੜਾ ਸੌਖਾ ਜਿਹਾ ਕਰਦਾ ਪਹਿਲਾਂ ਨਾਲੋਂ। ਲੈ ਵੀ ਮਿੱਤਰੋ ਆਹ ਸੁੱਚ ਜੀ ਤੇ ਗੱਲ ਨਿਬੇੜਤੀ ਬਾਈ ਨੇ, ਇਹਨੂੰ ਖਿੱਚਦਾ ਪਿੱਛੇ ਨੂੰ ਦੱਬਦਾ ਅੱਗੇ ਨੂੰ, ਇਹ ਇਹਦੀ ਡਿਸਪਲੇ ਆ ਗਈ, ਠੀਕ ਹੈ, ਤੇ ਨੀਚੇ ਨਾ ਆਪਰੇਟਿੰਗ ਹੈਗਾ ਸਿਸਟਮ ਤੇ ਬਾਕੀ ਮਿੱਤਰੋ ਡਿਸਪਲੇ ਡਿਸਪਲੇ ਲਾ ਕੇ ਵੀ ਇਹ ਮਨਪ੍ਰੀਤ ਨੇ ਗੱਲ ਬਣਾਤੀ ਤੇ ਇਧਰਲੀ ਸਾਈਡ ਤਾਂ ਲਾਈ ਵੀਲ ਵੀ ਲਾਤਾ ਫਿਰ ਪਿੱਛੇ ਕੱਪ ਹੋਲਡਰ, ਠੀਕ ਹੈ। ਆ ਗਈ ਬੈਟਰੀ ਸਪੀਡ ਆ ਗਿਆ, ਕਿਲੋਮੀਟਰ ਆ ਗਈ, 10 ਕਿਲੋਮੀਟਰ ਚੱਲੀ ਆ, ਠੀਕ ਹੈ, ਇਹਦੇ ਆਹ ਆਪਣਾ ਸਪੀਡ ਆ ਗਈ, ਠੀਕ ਹੈ, ਆਰਪੀਐਮ ਸਪੀਡ ਆ ਗਈ ਮਿੱਤਰੋ। ਤੇ ਆਹ ਸਭ ਤੋਂ ਵੱਡੀ ਗੱਲ ਆ ਜਰਾ ਤਾਂ ਜਮੀ ਚਚਾਈ ਦਿੱਤਾ ਕੰਮ, ਇਹ ਆਪਸ਼ਨ ਹੈ ਵੀ ਆਪਾਂ ਲੋਜੇ ਚ ਵੀ ਦੇਖ ਸਕਦੇ ਹਾਂ, ਠੀਕ ਹੈ। ਤੇ ਬਾਕੀ ਮਿੱਤਰੋ ਬਾਈ ਦੀ ਲੋਕੇਸ਼ਨ ਕਰੀ, ਲੋਕੇਸ਼ਨ ਬੋਲਦੀ ਮਨਪ੍ਰੀਤ, ਲੋਕੇਸ਼ਨ ਜਾਂ ਕਹਿੰਦਾ ਵੀ ਮਨਪ੍ਰੀਤ ਦੇ ਅਜੂਬਿਆਂ ਨੇ ਮੈਂ ਆ ਕੇ ਦਰਸ਼ਨ ਪਾ ਕੇ ਫੇਰ ਕਿਤੇ ਜਾ ਕੇ ਗੱਲਬਾਤ ਕਰਨੀ ਹੈ ਮਨਪ੍ਰੀਤ ਨਾਲ, ਨੇ DSP ਮੋਡੀਫਿਕੇਸ਼ਨ, ਹਾਂਜੀ, ਰਾਜਪੁਰਾ ਡਿਸਟ੍ਰਿਕਟ ਪਟਿਆਲਾ, ਠੀਕ ਹੈ, ਰਾਜਪੁਰੇ ਤੇ ਮੈਪ ਤੇ ਮਾਰ ਲਿਓ ਮਿੱਤਰੋ, ਇੰਸਟਾਗ੍ਰਾਮ ਤੇ ਪੇ, ਯੂਟਿਊਬ ਤੇ ਸਾਰੇ ਕਿਤੇ ਤੁਹਾਨੂੰ DSP ਮੋਡੀਫਿਕੇਸ਼ਨ ਦੇ ਨਾਮ ਦੇ ਉੱਤੇ ਵੀਰ ਦਾ ਪਤਾ ਟਿਕਾਣਾ ਮਿਲ ਜੂਗਾ। ਤੇ ਹੁਣ ਆ ਜਾਈਏ ਯੂਟਿਊਬ ਤੇ ਫੇਸਬੁੱਕ ਤੇ, ਠੀਕ ਹੈ, ਸ਼ੇਅਰ ਕਰੋ, ਫੋਲੋ ਕਰੋ ਤੇ ਜੁੜ ਜਾਓ ਬਾਈ ਨਾਲ, ਕਿਉਂਕਿ ਧਮਾਕੇਦਾਰ ਆਈਟਮਾਂ ਬਾਈ ਤਿਆਰ ਕਰਦੇ ਹੀ ਰਹਿੰਦਾ, ਜਿਵੇਂ ਕਿ ਇੱਧਰ ਇਲੈਕਟ੍ਰਿਕ ਸਾਈਕਲ ਤਿਆਰ ਕੀਤਾ ਸੀ ਦੀ ਵੀਡੀਓ ਆਪਣੇ ਪੇਜ ਤੇ ਪਈ ਆ, ਤੇ ਹੁਣ ਜੇ ਆਫ ਰੋਡ ਵਾਲੀ ਗੱਲ ਕਰੀਏ ਇੱਧਰ, ਤੇ ਇੱਕ ਯਾਰ ਹੋਰ ਚੀਜ਼ ਰਹਿ ਗਈ ਜਿਵੇਂ ਆਪਾਂ ਰਿੰਬਾਂ ਦੀ ਗੱਲ ਕਰੀਏ, ਫਿਰ ਆਪ ਤਿਆਰ ਕੀਤੇ ਆ ਜਾਂ ਜਿਵੇਂ ਸਕੂਟਰ ਵਗੈਰਾ ਦੇ, ਜਿਵੇਂ ਜ਼ਿਆਦਾਤਰ ਪਹਿਲਾਂ ਦਿਮਾਗ ਪਤਾ ਕੀ ਗੱਲ ਆ ਸਾਡਾ ਵੀ, ਹਰੇਕ ਬੰਦਾ ਜਦੋਂ ਦੇਖਦਾ ਅਗਲਾ ਕਹਿੰਦਾ ਯਾਰ ਛੋਟੇ ਜਿਹੇ ਰਿੰਬ ਉਹਦੇ ਹੋਣਗੇ, ਪਰ ਚੜਾਈ ਦੇਖ ਕੇ ਲੱਗਦਾ ਯਾਰ ਵੀ ਹੋਰ ਕਾਸੇ ਦੇ ਆ, ਇਹ ਕਿਵੇਂ ਆ? ਇਹ ਰਿੰਮ ਜਿਵੇਂ ਗੋ ਕਾਰਟਸ ਆਉਂਦੀਆਂ ਨੇ ਨਾ ਜਿਹੜੀਆਂ ਆਪਣੀਆਂ, ਠੀਕ ਹੈ, ਉਹਨਾਂ ਦੇ ਰਿੰਮ ਨੇ ਇਹ, ਠੀਕ ਹੈ, ਗੋ ਕਾਰਟਸ ਹੋ ਗਈਆਂ ਜਾਂ ਆਪਣਾ ਜਿਹੜੀਆਂ ਕਾਰਾਂ ਹੁੰਦੀਆਂ ਨੇ ਜਿਹੜੀਆਂ ATV ਵਗੈਰਾ ਹੁੰਦੀਆਂ ਨੇ, ਹਾਂਜੀ ਹਾਂਜੀ, ਉਹਨਾਂ ਦੇ ਰਿੰਮ ਨੇ ਇਹ, ਕਿਉਂਕਿ ਚੌੜਾ ਇੰਨਾ ਬਣਦਾ, ਪਹਿਲਾਂ ਬਣਾਇਆ ਸੀਗਾ ਆਪਾਂ ਨੇ ਜਿਹੜੀ ਪਹਿਲਾਂ ਵਾਲੀ ਜੀਪ ਸੀਗੀ, ਠੀਕ ਹੈ, ਕੱਟ ਕਰਕੇ ਵਿੱਚ ਪਾ ਕੇ ਆਪਣਾ 2 ਇੰਚੀ ਦਾ ਤੇ ਫਿਰ ਪੂਰਾ ਪੂਰਾ ਲੈ ਕੇ ਗੱਲ ਜੀ ਬਣਦੀ ਨਹੀਂ ਇੰਨੀ, ਠੀਕ ਹੈ, ਓਰੀਜਨਲ ਹੀ ਆ, ਕੋਈ ਦਿੱਕਤ ਨਹੀਂ, ਓਰੀਜਨਲ ਨਹੀਂ ਕੁਛ ਨਹੀਂ, ਐਂਡ ਨਜ਼ਾਰੇ ਵਾਲੀ ਚੀਜ਼ ਆ, ਠੀਕ ਹੈ, ਪੂਰੀ ਨਜ਼ਾਰੇ ਵਾਲੀ। ਤੇ ਹੁਣ ਜੇ ਆਪਾਂ ਗੱਲ ਕਰੀਏ ਕਿੱਥੋਂ ਦੇ ਵੀਰਾਂ ਦਾ ਆਰਡਰ ਸੀ, ਇਹ ਤਾਂ ਹੈਗਾ ਨੋਇਡਾ ਦਾ, ਠੀਕ ਹੈ, ਨੋਇਡਾ ਦਾ, ਇਹ ਨੋਇਡਾ ਦਾ ਆਰਡਰ ਹੈ, ਠੀਕ ਹੈ, ਇਹ ਵੀ ਬਾਈ ਯੂਟਿਊਬ ਚੈਨਲ ਹੈ ਬਾਈ ਦਾ, ਠੀਕ ਹੈ, ਉਹਦਾ ਜਵਾਕਾਂ ਦਾ ਹੀ ਮਤਲਬ ਚੈਨਲ ਹੈ ਕੋਈ, ਠੀਕ ਹੈ, ਆਪਣੇ ਵਾਸਤੇ ਸਪੈਸ਼ਲ ਤਿਆਰ ਕਰਾਈ ਹੈ, ਠੀਕ ਹੈ। ਤੇ ਇਧਰ ਆਹ ਹੈਗਾ ਮੋਹਾਲੀ ਦਾ, ਠੀਕ ਹੈ, ਇਹ ਮੋਹਾਲੀ ਦਾ ਜਿਹੜਾ ਇੱਕ ਦੈਂਤ ਜਾਂ ਟਰੈਕਟਰ 60-90 ਉਹਨਾਂ ਦਾ ਹੀ ਹੈ, ਠੀਕ ਹੈ। ਬਾਕੀ ਮਿੱਤਰੋ ਦੀ ਵੀਡੀਓ ਹੀ ਮਿਲੂਗੀ ਟਰੈਕਟਰ ਤੇ, ਤੇ ਇਧਰ ਮਾਲਕ ਬੈਠੇ ਆ, ਇਹ ਮਾਲਕ ਬੈਠੇ ਆ, ਕਿਵੇਂ ਆ? ਜਸਕਰਨ ਸਿੰਘ, ਕੀ ਨਾਮ ਆ ਫਿਰ? ਜਸਕਰਨ, ਜਸਕਰਨ ਸਿੰਘ। ਤੇ ਮਨਪ੍ਰੀਤ ਨਾਲ ਕੋਈ ਸ਼ਿਕਾਇਤ ਵੀ? ਜੀਪ ਤਿਆਰ ਵਧੀਆ ਕਰਤੀ, ਪਸੰਦ ਆ ਗਈ ਪੂਰੀ, ਤੇ ਫਿਰ ਸਾਨੂੰ ਉਧਾਰੀ ਦੇ ਦੇ ਯਾਰ 2 ਕੁ ਦਿਨ, ਜਿਹੜੇ ਪੱਕੀ ਗੱਲ ਆ, ਅਸੀਂ ਲੈ, ਹਾਂ ਕਹਿ ਗਿਆ ਦੇ ਦੂੰਗਾ, ਕਿੱਥੇ ਕਿੱਥੇ ਕਮਾਇਆ ਕਰੇਗਾ, ਕਿੱਥੇ ਲੈ ਕੇ ਜਾਊਂਗਾ, ਕਿੱਥੇ ਕਮਾਇਆ ਕਰੇਗਾ, ਸਕੂਲ ਜਾਇਆ ਕਰੇਗਾ, ਨਾਲ ਕਿਹਨੂੰ ਬਿਠਾਏਗਾ, ਠੀਕ ਹੈ। ਤੇ ਇਹਦੀ ਲਾਈਟਿੰਗ ਲੂਟਿੰਗ ਦੀ ਗੱਲ ਕਰੀਏ ਵੀ ਕਿਹੜੀ ਲੱਗੀ ਵੀ ਇਹਦੇ? LED ਲਾਈਟਾਂ ਲੱਗੀਆਂ ਹੋਈਆਂ ਨੇ ਜੀ, ਠੀਕ ਹੈ, ਤੇ ਪਿੱਛੇ ਮੈਂ ਜਵਾਕਾਂ ਨੂੰ ਪਸੰਦ ਆਉਂਦੀਆਂ ਨੇ ਡਬਲ ਟੋਨਾਂ ਜੀਆਂ ਲਾਤੀਆਂ, ਠੀਕ ਹੈ, ਤੇ ਉਹ ਫਿਰ ਜਗਮੁਗ ਜੀ ਕਰੀ ਜਾਂਦੀਆਂ ਨੇ, ਠੀਕ ਹੈ। ਪਿੱਛੇ 2 ਰੰਗੀ ਲਾਈਟਾਂ ਚੱਲਦੀਆਂ, 2-3 ਰੰਗੀਆਂ ਨੇ ਖਾਸੀਆਂ ਨੇ, ਠੀਕ ਹੈ, ਬਲਿੰਕ ਕਰੀ ਜਾਂਦੀਆਂ ਕਿਉਂਕਿ ਪਸੰਦ ਆਉਂਦੀਆਂ ਨੇ ਨਾ, ਠੀਕ ਹੈ। ਤੇ ਆਇਆ ਤਾਂ ਫਿਰ ਐਂ ਗੱਲ ਕਰੀਏ ਵੀ ਆਫ ਰੋਡ ਜਾ ਰਹੇ ਤਾਂ ਪੂਰੀ ਜਾਚਦੀ ਹੈ, ਤੇ ਇਹ ਜਦੋਂ ਇੱਥੇ ਕਿਤੇ ਬਾਹਰ ਗੇੜਾ ਗੂੜਾ ਦਿੱਤਾ ਹੋਣਾ, ਇੰਪ੍ਰੈਸ਼ਨ ਕੀ ਸੀ ਲੋਕਾਂ ਦੇ? ਵੈਸੇ ਹਾਲੇ ਤੱਕ ਤੇਰੀਆਂ ਚੀਜ਼ਾਂ ਯਾਰ ਜਿੰਨੀਆਂ ਕਿ ਮਨਪ੍ਰੀਤ ਦੇਖੀਆਂ ਨਾ, ਦਿਹਾੜਾ ਲਾਉਂਦੀਆਂ ਜਦੋਂ ਕਹਿੰਦੇ ਆ 60 ਜਾਂ ਚੱਕ ਕੇ ਬਾਹਰ ਕੱਢਦਾ ਅਗਲਾ ਕਹਿੰਦਾ ਯਾਰ ਪਤਾ ਨਹੀਂ ਕੀ ਕੱਢੂਗਾ ਚੰਦਰੋਂ, ਬਸ ਇੱਦਾਂ ਹੀ ਅੰਦਰ ਲੱਗ ਰਿਹਾ ਜਿੱਥੇ ਬੈਠਾ ਰਾਤ ਨੂੰ ਵਿੱਚ ਗਾੜੇ 'ਚ ਕੱਢੀ ਜਾਂਦਾ, ਤੇ ਜੋ ਬਣ ਗਈ ਉਦੋਂ ਪਤਾ ਲੱਗਦਾ ਵੀ ਆਹ ਕੀ ਬਣਾਤਾ। ਬਸ ਸ਼ੌਂਕ ਆ ਤੇ ਕੋਸ਼ਿਸ਼ ਕਰਦੇ ਹਾਂ ਵੀ ਵੱਖ ਜਿਹੀ ਚੀਜ਼ ਤਿਆਰ ਕਰੀਏ, ਠੀਕ ਹੈ, ਲੋਕਾਂ ਨਾਲੋਂ ਅੱਡ ਲੋਕਾਂ ਨਾਲੋਂ, ਪਰ ਇੱਕ ਗੱਲ ਆ ਵੀ ਸਾਰੇ ਐਪਰੀਸ਼ੀਏਟ ਵੀ ਕਰਦੇ ਆ, ਵਧੀਆ ਲੱਗਦਾ, ਠੀਕ ਹੈ, ਹੌਸਲਾ ਅਫਜਾਈ ਹੁੰਦੀ ਹੈ ਨਾ, ਉਹਦੇ ਨਾਲੇ ਮਾਨ ਵੱਧਦਾ। ਸਹੀ ਗੱਲ ਆ ਜੀ। ਬਾਕੀ ਮਿੱਤਰੋ ਜਿੰਨੇ ਹਨਾ ਵੀਡੀਓ ਦੇਖੀ ਜਾਂਦੇ ਆ ਤੇ ਇਹ ਦੱਸਿਓ ਵੀ ਕਿੱਦਾਂ ਦੀ ਤਿਆਰ ਹੋਈ ਆ, ਕਿਵੇਂ ਦੀ ਹੋਈ ਆ, ਛੋਡੀਆਂ ਸਕੈਚਾਂ ਤੋਂ ਬਣੀ ਹਨਾ ਬਾਈ ਸੋਧਾਂ ਕਰ ਦਿੰਦਾ, ਤੇ ਇਹਦੇ ਵਿੱਚ ਵੀ ਤੁਸੀਂ ਤੁਹਾਨੂੰ ਲੱਗਦੀ ਆ ਕਮੀ ਪੇਸੀ ਕੋਈ ਤਾਂ ਉਹ ਵੀ ਕਢਵਾ ਦਾਂਗੇ।
ਵੈਸੇ ਤਾਂ ਵੱਡੀ ਕਮੀਆਂ ਸੀਗੀਆਂ ਜਿਵੇਂ ਇੰਜਨ ਦਾ ਸਾਊਂਡ ਸੀ ਉਹ ਵੀ ਬਿਲਕੁਲ ਖਤਮ ਹੋ ਗਿਆ, ਇਹਦਾ ਹੁਣ ਜੇ ਕਹਿ ਦਈਏ ਕੋਲ ਗਏ ਤੀ ਪਤਾ ਲੱਗਦਾ ਜਮਾ ਸਮੂਥ ਡਰਾਈਵ ਹੈ ਜਮਾ, ਆਪਾਂ ਚੱਲਦੇ ਆ ਠੀਕ ਹੈ ਰਾਉਂਡੀ ਮਾਰ ਕੇ ਆਵਾਂਗੇ ਫਿਰ ਪਤਾ ਲੱਗੋ ਜਮਾ ਸਮੂਥ ਪੂਰੀ ਨਾਲੇ ਕਿਵੇਂ ਦੁਨੀਆ ਦੇਖਦੀ ਹੈ ਕਿਉਂਕਿ ਮੈਂ ਵੀ ਨਹੀਂ ਗਿਆ ਠੀਕ ਹੈ। ਹਾਂ ਹੁਣ ਆਪਾਂ ਚੱਲਦੇ ਆ ਬਰਾਤ ਵਾਲਾ ਸਿਸਟਮ ਕਰਦੇ ਆ ਦੋਵੇਂ ਗੱਡੀਆਂ ਲੈ ਕੇ ਦੋਨੇ ਲੈ ਕੇ ਚੱਲਾਂਗੇ ਮਿੱਤਰੋ ਤੇ ਸਾਰੇ ਦਰਸ਼ਨ ਤੁਹਾਨੂੰ ਰਾਹ ਦੇ ਵੀ ਪਵਾਵਾਂਗੇ ਤੇ ਇਹਦੇ ਵਿੱਚ ਵੀ ਸੇਮ ਸਿਸਟਮ ਹੀ ਆ ਉਹਦੇ ਸੇਮ ਦੋਨੋਂ ਸੇਮ ਨੇ ਸਭ ਕੁਝ ਸੇਮ ਹੈ ਏ ਟੂ ਜ਼ੈਡ ਸੇਮ ਹੈ ਸਿਰਫ ਇਦਾਂ ਹੈ ਵੀ ਆਫ ਰੋਡ ਹੈ ਉਹ ਆਪਣਾ ਲੋਅ ਰਾਈਡਰ ਹੈ ਠੀਕ ਹੈ ਜਿਵੇਂ ਹੁਣ ਆਪਾਂ ਆਫ ਰੋਡ ਦੀ ਗੱਲ ਕਰੀਏ ਉਹ ਲੋਅ ਰਾਈਡਰ ਆ ਉਹ ਤਾਂ ਬੰਦੇ ਨੇ ਲੋਕਲ ਚਲਾਉਣੀ ਆ ਤੇ ਆਫ ਰੋਡਰ ਦੇ ਜੇ ਕਈ ਵਾਰੀ ਕਿਸੇ ਬੰਦੇ ਦੀ ਚੁਆਇਸ ਹੋਵੇ ਮੈਨੂੰ ਵੱਧ ਬੈਟਰੀਆਂ ਡਬਲ ਜਾਂ ਪਾਵਰ ਥੋੜੀ ਜਿਹੀ ਵੱਧ ਚਾਹੀਦੀ ਆ ਤੇ ਉਹ ਚੀਜ਼ ਹੀ ਹੋ ਜੂਗਾ ਪਾਵਰ ਤਾਂ ਉਨੀ ਰਹਿੰਦੀ ਆ ਫਿਰ ਮੋਟਰ ਵੱਡੀ ਲਾਉਣੀ ਪੈਣੀ ਆ ਵੈਸੇ 5 ਕੁਇੰਟਲ ਦੀ ਕਪੈਸਿਟੀ ਆ ਪਾਵਰ ਹੋਰੇ ਤੋਂ ਵੱਧ ਕੀ ਕਰੂਗਾ ਠੀਕ ਹੈ ਮਤਲਬ ਜਿੰਨਾ ਮਰਜ਼ੀ ਜੋ ਮਰਜ਼ੀ ਖਿੱਚ ਲਓ ਠੀਕ ਹੈ ਦੱਬੀ ਹੋਊਗਾ ਜਿੱਦਾਂ ਮਰਜ਼ੀ ਮਤਲਬ ਵੱਡੇ ਬੱਚੇ ਸਾਰੇ ਚਲਾ ਸਕਦੇ ਆ ਹਾਂ ਤੇ ਬਾਕੀ ਮਿੱਤਰੋ ਪੂਰੀ ਘੈਂਟ ਬਾਈ ਨੇ ਤਿਆਰ ਕੀਤੀ ਹੈ ਜੇ ਤੁਸੀਂ ਟਾਇਰ ਆਪਸ਼ਨ ਹੈ ਟਾਇਰ ਕੱਟ ਕੇ ਦੂਸਰੇ ਫਲੈਟ ਵੀ ਪਾ ਸਕਦੇ ਹੋ ਠੀਕ ਹੈ ਦੋਨੇ ਟਾਇਰ ਜਿਵੇਂ ਆਪਣੀਆਂ ਆਮ ਗੱਡੀਆਂ ਹੁੰਦੀਆਂ ਨੇ ਆ ਟਾਇਰ ਜਿਹੜੇ ਆਪਾਂ ਆਫ ਰੋਡ ਟਾਇਰਾਂ ਦੀ ਗੱਲ ਕਰੀਏ ਇਹ ਫਿਰ ਕਿਹੜੀ ਗੱਡੀ ਦੇ ਨੇ ਜੀ ਇਹ ਤਾਂ ਜਿਵੇਂ ਉਹ ਆਉਂਦੀਆਂ ਨੇ ਏਟੀਵੀ ਵਗੈਰਾ ਹੋ ਗਈਆਂ ਜਾਂ ਗੋ ਕਾਰਟਸ ਹੋ ਗਈਆਂ ਉਹਨਾਂ ਦੇ ਹੀ ਨੇ ਆ ਪੈਂਦੇ ਪੁੰਦੇ ਤਾਂ ਕਿਹਨੂੰ ਮੈਂ ਕਿਸੇ ਕਿਸੇ ਨਹੀਂ ਪੈਂਦੇ ਇਹ ਫਿਰ ਲੋਕਲ ਵੀ ਦੂ ਵੀ ਜੇ ਕੋਈ ਇਹ ਲੱਭਣ ਤੇ ਫਿਰ ਤਾਂ ਆਪਾਂ ਨੂੰ ਡੈਕ ਤਾਂ ਕੋਈ ਆਈ ਜਾਂ ਮਿਲ ਜਾਂਦੇ ਆ ਸਾਡੇ ਤਾਂ ਜਿਵੇਂ ਲਾ ਕੇ ਚੱਲੋ ਅਸੀਂ ਤਾਂ ਹੁਣ ਚੀਜ਼ਾਂ ਬਣਾਉਂਦੇ ਰਹਿੰਦੇ ਆ ਠੀਕ ਹੈ ਲਿੰਕ ਨੇ ਜਾਂ ਆਪਣਾ ਕਸਟਮ ਜਿਵੇਂ ਕਸਟਮ ਕਰਦੇ ਹੁੰਦੇ ਨੇ ਉਹਨਾਂ ਨਾਲ ਜੁੜੇ ਹੋਏ ਆ ਠੀਕ ਹੈ ਉਹ ਅਲੱਗ ਅਲੱਗ ਚੀਜ਼ਾਂ ਇਹੋ ਜਿਹੀ ਚੀਜ਼ਾਂ ਬਾਹਰੋਂ ਮੰਗਾਉਂਦੇ ਰਹਿੰਦੇ ਆ ਠੀਕ ਹੈ ਉਹਨਾਂ ਕੋਲੋਂ ਮੰਗਾ ਲਈਦੇ ਆ ਪਰ ਹਰੇਕ ਵਾਰੀ ਡਿਫਰੈਂਟ ਚੀਜ਼ ਮਿਲਦੀ ਆ ਉਵੇਂ ਦੀ ਦੁਬਾਰੇ ਠੀਕ ਹੈ ਤੇ ਬਾਕੀ ਮਿੱਤਰੋ ਇਹਦੇ ਵਿੱਚ ਜੇ ਕਈ ਵਾਰੀ ਕਿਸੇ ਵੀਰ ਨੂੰ ਲੱਗਦਾ ਹਨਾ ਸੋਧਾਂ ਕਰਨੀਆਂ ਜਿਵੇਂ ਤਾਂ ਹੁਣ ਬੱਚੇ ਖਾਤਰ ਤਿਆਰ ਹੋਈ ਹੈ ਲਾਈਟਿੰਗ ਉਸ ਹਿਸਾਬ ਨਾਲ ਬੰਦਾ ਆਪਦਾ ਮਿਊਜ਼ਿਕ ਸਿਸਟਮ ਵਗੈਰਾ ਵੀ ਲਾ ਸਕਦਾ ਜੋ ਮਰਜ਼ੀ ਕਰ ਸਕਦਾ ਤੇ ਉਹ ਵੀ ਲੱਗ ਜੂ ਮਿੱਤਰੋ ਬਾਕੀ ਚਾਰਜਿੰਗ ਬਾਈ ਨੇ ਦੱਸੀ ਤਾਂ ਵੀ 4 ਘੰਟਿਆਂ ਦੇ ਵਿੱਚ ਫੁੱਲ ਹੋ ਜਾਂਦੀ ਹੈ 50 ਤੋਂ 60 ਕਿਲੋਮੀਟਰ ਚੱਲਦੀ ਆ 5 ਕਵਿੰਟਲ ਵਜਨ ਖਿੱਚਦੀ ਆ ਵੱਡੀ ਗੱਲ ਤੇ ਬਾਕੀ ਜੱਜਦੀ ਤਾਂ ਤੁਹਾਨੂੰ ਦਿਸ ਹੀ ਜਾਂਦਾ ਹਨਾ ਉਹ ਤਾਂ ਫਿਰ ਜਾਂਦਾ ਇਹਦਾ ਗੱਲਾਂ ਕਰਾਉਂਦੀ ਆ ਤੱਕ ਪਾਉ ਠੀਕ ਹੈ ਤੱਕ ਪਾਉਂਦੀ ਆ ਮਿੱਤਰੋ ਬਾਕੀ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਦੀ ਲੱਗੀ ਤੇ ਬਾਕੀ ਮਿੱਤਰੋ ਜਿਹੜੇ ਬਾਈ ਦਾ ਆਰਡਰ ਸੀ ਤੇ ਉਹ ਆਪਣੇ ਕੋਲ ਪਹੁੰਚ ਚੁੱਕਿਆ ਹਨਾ ਮਨਪ੍ਰੀਤ ਹਾਂਜੀ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਮਨਪ੍ਰੀਤ ਨੂੰ ਕਰਦੇ ਹਾਂ ਹਨਾ ਪਾਸੇ ਕਿਉਂਕਿ ਫਿਰ ਮੂਤੇ ਅਗਲਾ ਕਹਿੰਦਾ ਨਹੀਂ ਗੱਲਬਾਤ ਮਨਪ੍ਰੀਤ ਤੂੰ ਐਨੂੰ ਹੁਣ ਤੂੰ ਐ ਦੱਸ ਬਾਈ ਮਨਪ੍ਰੀਤ ਨੂੰ ਜਦੋਂ ਤੂੰ ਆਰਡਰ ਦੇਤਾ ਹਾਂਜੀ ਵੀਰੇ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਤੈਨੂੰ ਤੇਰਾ ਆਰਡਰ ਜਿਹੜਾ ਟਾਈਮ ਦੇ ਉੱਤੇ ਮਿਲਿਆ ਹਾਂਜੀ ਵੀਰੇ ਮੇਰਾ ਆਰਡਰ ਮੈਨੂੰ ਟਾਈਮ ਤੇ ਮਿਲ ਰਿਹਾ ਠੀਕ ਹੈ ਤੇ ਬੜੀ ਵਧੀਆ ਚੀਜ਼ ਬਣਾਈ ਹੈ ਇਹਨਾਂ ਨੇ ਠੀਕ ਹੈ ਜਦੋਂ ਤੁਹਾਨੂੰ ਪਹਿਲੀ ਵਾਰ ਇਹਦੇ ਆ ਕੇ ਤੁਸੀਂ ਦਰਸ਼ਨ ਕੀਤੇ ਸਾਡੀ ਆਪਣੀ ਆ ਜੀਪ ਤਿਆਰ ਕਰਤੀ ਤੇ ਕਿਵੇਂ ਜੇ ਲੱਗਿਆ ਇਹ ਬੜਾ ਵਧੀਆ ਲੱਗਿਆ ਵੀਰ ਜੀ ਸਾਨੂੰ ਐਦਾਂ ਲੱਗਿਆ ਸਾਡੇ ਬੱਚੇ ਦੀ ਖੁਆਇਸ਼ ਪੂਰੀ ਹੋ ਗਈ ਠੀਕ ਹੈ ਤੇ ਜੋ ਸੋਚਿਆ ਸੀ ਉਹ ਬਣਾਤਾ ਠੀਕ ਹੈ ਤੇ ਮਿੰਨੀ ਬਿੱਲੀ ਮਿਲ ਗਈ ਹੈ ਮਿੰਨੀ ਬਿੱਲੀ ਮਿਲ ਗਈ ਸਾਡੇ ਬੱਚੇ ਨੂੰ ਠੀਕ ਹੈ ਤੇ ਕੰਮ ਕਰ ਕਿਵੇਂ ਲੱਗਿਆ ਬਾਈ ਦਾ ਵੀਰੇ ਬਹੁਤ ਵਧੀਆ ਕੰਮ ਕੀਤਾ ਫਿਨਿਸ਼ਿੰਗ ਦੇਖ ਲਓ ਤੁਸੀਂ ਹਾਂਜੀ ਤੇ ਇੱਕ ਇੱਕ ਚੀਜ਼ ਰੀਝ ਨਾਲ ਲਾਈ ਹੈ ਜਮਾ ਚੀਜ਼ ਬਾਈ ਨੇ ਰੀਝ ਨਾਲ ਲਾਈ ਆ ਤੇ ਫਿਰ ਆਫ ਰੋਡ ਵਾਲੀ ਆਪਣੀ ਸੀਗੀ ਡਿਮਾਂਡ ਵੀ ਆਫ ਰੋਡ ਵਾਲੀ ਇਹ ਬੱਚੇ ਦੀ ਇਹ ਸਾਡੇ ਸ਼ੇਰ ਦੀ ਡਿਮਾਂਡ ਸੀਗੀ ਠੀਕ ਹੈ ਕੀ ਨਾਮ ਆ ਪੁੱਤ ਜਸਕਰਨ ਸਿੰਘ ਤੇ ਤੈਨੂੰ ਫਟ ਆ ਗਈ ਕੀ ਬੋਲੋ ਬੋਲੋ ਦੇਖ ਲੈ ਨਹੀਂ ਅਸੀਂ ਜੀਪ ਅਸੀਂ ਲੈ ਜਾਾਂਗੇ ਜਨਾ ਬੋਲਿਆ ਬੋਲੋ ਬੋਲੋ ਪਸੰਦ ਆ ਲੈ ਕੇ ਨਹੀਂ ਜਾਂਦੇ ਯਾਰ ਕੋਈ ਨਾ ਦੇਰ ਵੀ ਹੈ ਦਾਰੀ ਦੇ ਦੀ ਸਾਨੂੰ ਕਿਹੜਾ ਦੇਣ ਨੂੰ ਅੱਜ ਕਹ ਦੇਦਾ ਕਿ ਅੰਕਲ ਨਾਲ ਵੇ ਜੀ ਤੂੰ ਧੱਕਾ ਨਹੀਂ ਕਰਦੇ ਤੇ ਬਾਕੀ ਜਿਵੇਂ ਬਾਈ ਨੇ ਕਿਹਾ ਸੀ ਕੰਮ ਕਰ ਵੀ ਪੈਕਅਪ ਵਗੈਰਾ ਬ੍ਰੇਕ ਬਰੂਕ ਜਮਾ ਓਕੇ ਰਿਪੋਰਟ ਆ ਸਭ ਕੁਝ ਓਕੇ ਆ ਵੀਰੇ ਹਾਂਜੀ ਬੜੀ ਮਾਸਟਰਪੀਸ ਬਣਿਆ ਹੈ ਠੀਕ ਹੈ ਤੇ ਸਾਡੇ ਬੱਚੇ ਦੀ ਡਿਮਾਂਡ ਸੀਗੇ ਬਾਕੀ ਦੇ ਬਾਬਾ ਜੀ ਸੀਗੇ ਹੁਣ ਤੇ ਨਹੀਂ ਰਹੇ ਉਹ ਠੀਕ ਹੈ ਉਹਨਾਂ ਦਾ ਨਾਲ ਮੈਂ ਕਹਿ ਰਹੀ ਹੈ ਜਿਹੜੇ ਪੁਰਾਣੇ ਬੰਦੇ ਸੀ ਉਹਨਾਂ ਨੂੰ ਜ਼ਿਆਦਾਤਰ ਨਾ ਜੀਪਾਂ ਦਾ ਵੱਧ ਸੌਂਗ ਜੀਪਾਂ ਨਾਲ ਪਿਆਰ ਸੀ ਹਜੇ ਵੀ ਉਹੀ ਗੱਲ ਆ ਜਿਵੇਂ ਕਹਿੰਦੀ ਬਾਪੂ ਸਾਡੇ ਵੀ ਹੈਗੇ ਆ ਬਜ਼ੁਰਗ ਉਹ ਐਂ ਕਹਿੰਦੇ ਵੀ ਬਿੱਲੀ ਜਾਂ ਮੇਜਰ ਜੀਪ ਵਰਗੀ ਤਾਂ ਗੱਡੀ ਬਣੀ ਨਹੀਂ ਨਹੀਂ ਬਣੀ ਜਿੱਥੋਂ ਦੀ ਮਰਜ਼ੀ ਲਗਾ ਦਿਓ ਜਿੱਥੋਂ ਮਰਜ਼ੀ ਲਗਾਓ ਤੇ ਖੁੱਲੀ ਡੁੱਲੀ ਭਾਲਦੇ ਨਾ ਬਜ਼ੁਰਗ ਜੋ ਵੀ ਹੈ ਨਾ ਵੀ ਖੁੱਲੀ ਡੁੱਲੀ ਹੋਵੇ ਤੇ ਬਾਕੀ ਇਹਨਾਂ ਦੀ ਗੱਲ ਹੋਰ ਵੀ ਆ ਜੀਪਾਂ ਦੀ ਤੇ ਇਹਦੇ ਵਿੱਚ ਸਮਾਨ ਧਰਨਾ ਕੋਈ ਚੀਜ਼ ਮਗਰ ਪਾ ਕੇ ਲੱਗਣੀ ਆ ਧੱਕਾ ਜਿਵੇਂ ਮਰਜ਼ੀ ਕਰੀ ਚੱਲੋ ਜਿਵੇਂ ਮਰਜ਼ੀ ਬਾਬਾ ਜੀ ਕੋਈ ਟੁੱਟ ਭੱਜ ਦਾ ਸੰਸਾ ਨਹੀਂ ਜੋ ਕੋਈ ਏਦਾਂ ਕੋਈ ਰੋਕ ਟੋਕ ਵਾਲਾ ਕੰਮ ਹੈ ਹੀ ਨਹੀਂ ਬਾਕੀ ਬਾਈ ਨੇ ਸਟੀਅਰਿੰਗ ਸਟੂਰਿੰਗ ਪਾਵਰ ਕਰਤਾ ਤੇ ਕੰਮ ਕਰ ਬਾਈ ਕਹਿੰਦਾ ਜਮਾ ਫਿੱਟ ਹੈ ਤੇ ਆਪਾਂ ਕਿੱਥੋਂ ਜੀ ਮੋਹਾਲੀ ਤੋਂ ਹਾਂਜੀ ਵੀਰ ਜੀ ਆਪਾਂ ਮੋਹਾਲੀ ਤੋਂ ਕੀ ਨਾਮ ਹੈ ਜੀ ਆਪਣਾ ਕਮਲਜੀਤ ਸਿੰਘ ਨਾਮ ਹੈ ਮੇਰਾ ਠੀਕ ਹੈ ਕਿੰਨੇ ਟਾਈਮ 'ਚ ਬਾਈ ਨੇ ਤਿਆਰ ਕਰਕੇ ਤੁਹਾਨੂੰ ਕਹਿੰਦਾ ਬਾਈ ਇਹ ਮਹੀਨਾ ਸਵਾ ਮਹੀਨੇ 'ਚ ਸਾਨੂੰ ਤਿਆਰ ਕਰਕੇ ਠੀਕ ਹੈ ਮਹੀਨਾ ਸਵਾ ਮਹੀਨਾ 'ਚ ਹਾਂਜੀ ਮਹੀਨੇ ਤੋਂ ਸਵਾ ਮਹੀਨੇ ਦਾ ਮਿੱਤਰੋ ਟਾਈਮ ਲੱਗ ਗਿਆ ਬਾਕੀ ਬਾਈ ਡੀਐਸਪੀ ਵਾਲਾ ਜਿੰਨੇ ਕੰਮ ਕਰਦਾ ਹਨਾ ਜਮਾ ਇੱਕ ਨੰਬਰ ਹੀ ਕਰਦਾ ਜਿਹੜੀ ਪਹਿਲਾਂ ਕਰੀ ਸੀ ਉਹਦੇ ਗੇਅਰ ਸੀ ਤੇ ਆ ਜਿਹੜੀ ਸੋਡੇ ਲਈ ਤਾਂ ਜਮਾ ਆਟੋਮੈਟਿਕ ਹੀ ਕਰਦੀ ਆਟੋਮੈਟਿਕ ਕਰਤੀ ਬਾਈ ਅੱਤ ਅੱਤ ਚੀਜ਼ ਬਣਾਤੀ ਇਹਨਾਂ ਤੇ ਹੁਣ ਜੇ ਕਈ ਵਾਰੀ ਬੰਦਾ ਹੋਰ ਕਹਿੰਦਾ ਹੋਵੇ ਵੀ ਮੈਂ ਬਾਈ ਤੋਂ ਤਿਆਰ ਕਰਾਂ
ਕਿ ਇਹ ਕਿੱਥੋਂ ਬਣਵਾਈ ਹੈ ਜੀ, ਕਿੱਥੋਂ ਬਣਵਾਈ ਹੈ। ਸਹੀ ਗੱਲ ਆ ਜੀ, ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਠੀਕ ਹੈ ਜੀ।